ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ। ਪਿਛਲੇ ਕਾਫੀ ਲੰਬੇ ਸਮੇਂ ਤੋਂ ਭਾਰਤ ਵਿੱਚ ਲੋਕ ਸਭਾ ਚੋਣਾਂ ਕਾਰਨ ਸਿਆਸਤ ਗਰਮਾਈ ਹੋਈ ਸੀ, ਪਰ ਹੁਣ ਚੋਣਾਂ ਦਾ ਆਖਰੀ ਪੜਾਅ ਜੋ ਕਿ ਪੰਜਾਬ ਵਿੱਚ ਹੈ ਉਹ ਸਿਰ ਤੇ ਹੈ, ਜਿਸ ਦਾ ਨਤੀਜਾ 23 ਮਈ ਨੂੰ ਸਾਹਮਣੇ ਆ ਜਾਏਗਾ। ਇਹਨਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। ਪੰਜਾਬ ਵਿੱਚ ਆਖਰੀ ਪੜਾਅ ਦੀਆਂ ਲੋਕ ਸਭਾ ਚੋਣਾਂ 19 ਮਈ ਨੂੰ ਸ਼ੁਰੂ ਹੋਣ ਵਾਲੀਆਂ ਹਨ। ਇਸੇ ਤਹਿਤ ਚੋਣ ਕਮਿਸ਼ਨ ਵੱਲੋਂ ਵੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨਪੇਰੇ ਚਾੜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਕਿਉਂਕਿ ਕੱਲ੍ਹ 19 ਮਈ ਨੂੰ ਸਵੇਰ ਤੋਂ ਹੀ ਵੋਟਿੰਗ ਦਾ ਕੰਮ ਸ਼ੁਰੂ ਹੋ ਜਾਣਾ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਵੱਲੋਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ ਤਾਂ ਕਿ ਵੋਟਰ ਉਹਨਾਂ ਵੱਲ ਆਕਰਸ਼ਿਤ ਹੋ ਜਾਣ। ਪਰ ਹੁਣ ਸਮਾਂ ਹੈ ਵੋਟਰਾਂ ਦਾ। ਵੋਟਰਾਂ ਦੀ ਉਂਗਲੀ ਦਾ ਇੱਕ ਬਟਨ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗਾ। ਇਹਨਾਂ ਚੋਣਾਂ ਲਈ ਚੋਣ ਕਮਿਸ਼ਨ ਦੀਆਂ ਪਾਰਟੀਆਂ ਵੀ ਰਵਾਨਾ ਹੋ ਗਈਆਂ ਹਨ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਤਰ੍ਹਾਂ ਹੀ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਚੋਣ ਕਮਿਸ਼ਨ ਨੇ ਤਿਆਰੀਆਂ ਮੁਕੰਮਲ ਕਰਕੇ ਆਪਣੀ ਕਮਰ ਕੱਸ ਲਈ ਹੈ। ਜਦੋਂ ਪਠਾਨਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ADC ਬਲਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 547 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 64 ਸਟੇਸ਼ਨ ਸੰਵੇਦਨਸ਼ੀਲ ਹਨ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਪਠਾਨਕੋਟ ਪੰਜਾਬ ਦਾ ਸਿਰਫ ਇੱਕ ਹੀ ਅਜਿਹਾ ਜ਼ਿਲ੍ਹਾ ਹੈ ਜਿੱਥੇ ਕਿ ਹਰ ਇੱਕ ਬੂਥ 'ਤੇ ਮਾਈਕਰੋ ਅਬਜ਼ਰਵਰ ਲਗਾਇਆ ਗਿਆ। ਉਹਨਾਂ ਦੱਸਿਆ ਕਿ ਵੱਖ ਵੱਖ ਸੁਰੱਖਿਆ ਦਸਤਿਆਂ ਦੀਆਂ 8 ਟੁਕੜੀਆਂ ਦੀ ਤੈਨਾਤੀ ਵੀ ਕਰ ਦਿੱਤੀ ਗਈ ਹੈ ਤਾਂ ਕਿ ਚੋਣਾਂ ਦੌਰਾਨ ਕੋਈ ਵੀ ਗੜਬੜੀ ਨਾ ਹੋ ਸਕੇ। ਇਲੈਕਸ਼ਨ ਨੂੰ ਲੈ ਕੇ ਸਾਰੇ ਜਿਹੜੇ ਪ੍ਰਬੰਧ ਜਿਹੜੇ ਆ ਮੁਕੰਮਲ ਕੀਤੇ ਜਾ ਚੁੱਕੇ ਆ। ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਕੁੱਲ ਜਿਹੜੇ 574 ਪੋਲਿੰਗ ਸਟੇਸ਼ਨ ਬਣਾਏ ਗਏ ਆ, ਇਹਦੇ ਵਿੱਚ ਜਿਹੜੇ ਬਾਹਰਲੇ ਵਿੱਚ ਆ ਉਹਦੇ ਵਿੱਚ 169 ਜਿਹੜੇ ਆ ਪੋਲਿੰਗ ਸਟੇਸ਼ਨ ਆ ਅਤੇ 79 ਜਿਹੜੀਆਂ ਲੋਕੇਸ਼ਨਸ ਆ। ਇਸੇ ਤਰ੍ਹਾਂ ਕ੍ਰਿਟੀਕਲ ਜਿਹੜੇ ਆ ਪੋਲਿੰਗ ਸਟੇਸ਼ਨ 54 ਆ ਅਤੇ ਲੋਕੇਸ਼ਨਾਂ ਜਿਹੜੀਆਂ ਆ 32 ਆ। ਅਤੇ ਤਕਰੀਬਨ ਮਾਈਕਰੋ ਵਿਆਪਰ ਜਿਹੜੇ ਆ ਉਹ ਵਨ ਪੁਆਇੰਟ ਦੇ ਆ ਪੋਲਿੰਗ ਸਟੇਸ਼ਨ ਦੇ ਲਗਾਏ ਗਏ ਆ। ਇਸੇ ਤਰ੍ਹਾਂ ਜਿਹੜੀਆਂ 8 ਕੰਪਨੀਆਂ ਜਿਹੜੀਆਂ ਸਪੈਸ਼ਲ CPF ਜਿਹੜੀਆਂ ਉਹ ਲਗਾਈਆਂ ਗਈਆਂ ਆ, ਜੋ ਕਿ ਹਰ ਤਰ੍ਹਾਂ ਦੀ ਕਾਨੂੰਨ ਵਿਵਸਥਾ ਜਿਹੜੀਆਂ ਬਣਾਈ ਰੱਖਣ ਦੇ ਲਈ ਉਹ ਹਰ ਪੋਲਿੰਗ ਸਟੇਸ਼ਨ ਦੀ ਜਿਹੜੀ ਆ ਅਤੇ ਵੀ ਜੋ ਕ੍ਰਿਟੀਕਲ ਏਰੀਆ ਵਲਨਰੇਬਿਲਟੀ ਆ ਉੱਥੇ ਉਹ ਭੇਜੀਆਂ ਗਈਆਂ। ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਇਸੇ ਤਰ੍ਹਾਂ ਦੀ ਉਹ ਵੱਖ ਵੱਖ ਹੋਰ ਅਣਸੁਕਾਮੀ ਘਟਨਾ ਨੂੰ ਰੋਕਣ ਦੇ ਲਈ ਸਾਡੀ FSG ਹੋਰ ਟੀਮਾਂ ਜਿਹੜੀ ਸਾਰੀਆਂ ਵਾਲੇ ਵੀ ਜਿਹੜੀਆਂ ਸਾਡੇ ਵਰਕਿੰਗ ਦੇ ਕਰ ਰਹੀਆਂ। ਸਰ ਅੱਜ ਕੀ ਕੀਤਾ ਜਾ ਰਿਹਾ? ਅੱਜ ਜਿਹੜੀਆਂ ਸਾਡੀਆਂ ਪੋਲਿੰਗ ਪਾਰਟੀਆਂ ਆ ਵੱਖ ਵੱਖ ਜਿਹੜੇ ਬਣੇ ਹੋਏ ਸਾਡੇ ਡਿਸਪੈਚ ਸੈਂਟਰ ਆ ਉਹਨਾਂ ਦੇ ਉੱਤੋਂ ਅਸੀਂ ਆਪਣੇ ਹਰ ਪੋਲਿੰਗ ਸਟੇਸ਼ਨ ਦੇ ਲਈ ਰਵਾਨਾ ਕਰ ਰਹੇ ਹਾਂ। ਅਤੇ ਇਸੇ ਤਰ੍ਹਾਂ ਕੱਲ੍ਹ ਨੂੰ ਵਾਪਸ ਜਿਹੜੇ ਸਾਡੇ ਕੰਪਲੇਂਟ ਸੈਂਟਰ ਰਿਸੀਵਲ ਸੈਂਟਰ ਬਣੇ ਹੋਏ ਆ ਉੱਥੇ ਵਾਪਸ ਜਿਹੜੀਆਂ ਪਾਰਟੀਆਂ ਤੋਂ ਫਿਰ ਸਮਾਨ ਜਿਹੜਾ ਤੇ ਲਿਆ ਜਾਣਾ ਆ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਹਰਿੰਦਰ ਟਿਵਾਣਾ ਦੇ ਨਾਲ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।